ਇੱਕ ਕਹਾਣੀ ਹੈ ਜੀ ਅਰੈਨ ਪਿੰਡ ਦੇ ਚਾਰ ਮਿੱਤਰਾਂ ਦੀ। ਇਹਨਾਂ ਵਿੱਚੋਂ ਪਹਿਲਾ ਹੈ ਜੀ ਚੁਸਕੀ ਤੇ ਦਿਮਾਗ 'ਚ ਇਹਦੀ ਸੁਸਤੀ ਜੀ ਕੰਮ ਸਾਰੇ ਡੰਗਰਾਂ ਲਈ ਕਰਦਾ। ਵੱਡੀ ਗੱਡੀਆਂ ਦੇ ਵਾਂਗੂ ਸਾਡੇ ਵੱਡੇ ਆ ਰੱਦ, ਛੋਟੀ ਗੱਲ ਵਾਲਾ ਸਾਡੇ ਵਿੱਚ ਕੰਮ ਕੋਈ ਨਾ। ਉਸ ਜ਼ਿੰਦਗੀ ਦਾ ਇੰਨਾ ਰਸ ਚੂਸ ਲਿਆ ਨੀ, ਰੱਬ ਚੱਕ ਵੀ ਲਏ ਤਾਂ ਸਾਨੂੰ ਗਮ ਕੋਈ ਨਾ। ਦੂਜਾ ਹੈ ਜੀ ਵਿੱਕੀ, ਸ਼ਕਲੋਂ ਤਾਂ ਭੋਲਾ ਪਰ ਅੰਦਰੋਂ ਪੂਰਾ ਤੀਵੀਂ ਬਾਜ ਹੈ। ਪਰ ਜੀ ਆ ਤੇਰੀ ਗੇੜੀ ਆਖਰੀ ਆ ਮੇਰੀ ਦਿੱਤੇ 10 ਮਿੰਟ ਕਰ ਲੈ ਵਿਚਾਰਨੀ। ਮਰ ਜੀ ਆ ਤੇਰੀ ਗੇੜੀ ਆਖਰੀ ਆ ਮੇਰੀ ਦਿੱਤੇ 10 ਮਿੰਟ ਕਰ ਲੈ ਵਿਚਾਰਨੀ। ਤੇ ਤੀਜਾ ਹੈ ਜੀ ਨਿਸ਼ਾਨ, ਇਹ ਬੰਦਾ ਤਾਂ ਕਲਾਕਾਰ ਪਰ ਲੱਛਣ ਸਾਰੇ ਪੁੱਠੇ ਹੀ ਕਰਦਾ। ਉਹ ਕਿਵੇਂ, ਇਹ ਤੁਸੀਂ ਆਪੇ ਹੀ ਦੇਖ ਲਿਓ। ਰੰਨਾ ਗੋਰੀਆਂ ਤੇ ਕਾਲਾ ਜਾਦੂ ਕਰਦਾ ਨੀ ਮੁੰਡਾ ਇਹ ਬਰਹੁਣ ਰੰਗੇ ਦਾ। ਰੰਨਾ ਗੋਰੀਆਂ ਤੇ ਕਾਲਾ ਜਾਦੂ ਕਰਦਾ ਨੀ ਮੁੰਡਾ ਇਹ ਬਰਹੁਣ ਰੰਗੇ ਦਾ। ਚੌਥਾ ਹੈ ਜੀ ਜੱਸੀ, ਰੱਜ ਕੇ ਮਿਹਨਤ ਕਰਨ ਵਾਲਾ ਬੰਦਾ ਜਿਹੜਾ ਤਿੰਨਾਂ ਨੂੰ ਹੀ ਸਾਂਭੀ ਫਿਰਦਾ। ਕਿਸੇ ਨੇ ਨੀ ਨਾਲ ਜਾਣਾ, ਤੁਰਨਾ ਪੈਂਦਾ ਏ ਕੱਲੇ। ਨੀਤ ਸਦਾ ਸਾਫ਼ ਰੱਖੀ, ਚੇਤੇ ਮੈਂ ਔਕਾਤ ਰੱਖੀ। ਚੀਜ਼ ਸਾਡੇ ਕਰਮਾਂ ਦੀ ਕਿਸੇ ਨੂੰ ਨੀ ਖੋਣ ਦਿੰਦੇ। ਗਿਆ ਮਾੜਾ ਟਾਈਮ ਹੁਣ ਮੁੜ ਕੇ ਨੀ ਆਉਣ ਦਿੰਦੇ। ਆ ਸਾਰੇ ਟਾਈਮ ਦੇ ਮੇਲੇ ਨੇ, ਪਤਾ ਨੀ ਕੌਣ ਉਸਤਾਦ ਤੇ ਕੌਣ ਚੇਲੇ ਨੇ। ਕੰਮ ਤਾਂ ਸਾਰਿਆਂ ਨੂੰ ਆ ਪਰ ਲੋਕਾਂ ਲਈ ਵਿਹਲੇ ਨੇ, ਪਰ ਲੋਕਾਂ ਲਈ ਵਿਹਲੇ ਨੇ। ਹੈਲੋ, ਹੋਰ ਬਾਈ ਕੀ ਹਾਲ ਆ? ਅੱਜ ਫਿਰ ਕਿਵੇਂ ਗਰੀਬਾਂ ਨੂੰ ਯਾਦ ਕਰ ਲਿਆ? ਨਹੀਂ ਨਹੀਂ ਬਾਈ, ਇਹੋ ਜਿਹੀ ਕੋਈ ਗੱਲ ਨਹੀਂ ਗੀ। ਆਪਾਂ ਸਾਰੇ ਇਕੱਠੇ ਹੋ ਕੇ ਗੱਲ ਕਰਦੇ ਹਾਂ ਯਾਰ, ਮੈਨੂੰ ਨਾ ਥੋੜ੍ਹਾ ਕੰਮ ਸੀ ਯਾਰ। ਹਾਂ ਹੁੰਦੇ ਹਾਂ ਇਕੱਠੇ ਬਾਈ, ਦੱਸ ਹੋਣਾ ਕਿੱਥੇ ਆ? ਉਹੀ ਪਹਿਲਾਂ ਵਾਲੀ ਥਾਂ 'ਤੇ। ਓਕੇ ਚੱਲ ਬਾਈ, ਕੱਲ੍ਹ ਸਵੇਰੇ ਮਿਲਦੇ ਹਾਂ, ਤੂੰ ਦੂਜੇ ਨੂੰ ਵੀ ਫੋਨ ਕਰਦੇ। ਹਾਂ ਹਾਂ ਮੈਂ ਕਰਦਾ। ਹੈਲੋ, ਹੋਰ ਨਿਸ਼ਾਨ ਕੀ ਹਾਲ ਆ? ਵਧੀਆ ਜੱਸੀ, ਆਪਣੇ ਦੱਸ? ਠੀਕ ਹੈ ਯਾਰ, ਮੈਂ ਤਾਂ ਬਸ ਵਧੀਆ। ਨਿਸ਼ਾਨ ਯਾਰ, ਮੈਂ ਮਿਲਣਾ ਸੀ ਤੁਹਾਡੇ ਨਾਲ। ਵਿੱਕੀ ਨੂੰ ਫੋਨ ਕਰਤਾ ਕਿ ਨਹੀਂ? ਯਾਰ ਹਾਲੇ ਤਾਂ ਨਹੀਂ ਕੀਤਾ, ਚੱਲ ਤੂੰ ਕਰਦੇ ਯਾਰ। ਹਾਂ ਹਾਂ ਚੱਲ ਮੈਂ ਕਰ ਦਿੰਦਾ। ਹਾਂ ਓਕੇ ਵੀਰ, ਬਾਏ। ਹੈਲੋ, ਹਾਂਜੀ ਕੌਣ? ਬਾਪੂ ਅਨੂ ਬੋਲ ਰਹੀ ਹਾਂ। ਅੱਛਾ ਇੱਕ ਮਿੰਟ ਹੋਲਡ ਰੱਖੋ, ਹੋਲਡ ਰੱਖੋ। ਓਕੇ ਪੂਜਾ ਸਿੰਘੀ ਪ੍ਰੀਆ ਅਨੂ ਬਸ ਨੰਬਰ ਤੋਂ। ਹੈਲੋ। ਹਾਂ ਸੋਨਾ। ਤੁਹਾਨੂੰ ਯਾਦ ਕਰੀ ਜਾਂਦਾ? ਤੁਹਾਨੂੰ ਪਤਾ ਤੁਹਾਡੇ ਬਿਨਾਂ ਮੇਰਾ ਕੋਈ ਨਹੀਂ ਗਾ। ਅੱਛਾ ਜੀ, ਤੁਸੀਂ ਅੱਗੋਂ ਯਾਦ ਹੀ ਨਹੀਂ ਕਰਦੇ ਮੈਨੂੰ? ਐਸਾ ਨਹੀਂ ਹੈ, ਤੇਰੇ ਸੇ ਜ਼ਿਆਦਾ ਕਰਤੀ ਹੂੰ ਮੈਂ। ਚਲ ਆਪਾਂ ਕੋਫੀ ਚਲਦੇ ਹਾਂ ਕੱਲ। ਹਾਂ ਸੋਨਾ, ਕੱਲ ਚਲਦੇ ਹਾਂ। ਓਕੇ। The number you have dialed is currently busy. ਕੋਫੀ ਤੇ ਗੱਲ ਕਰਦੇ ਹਾਂ। ਰੁਕੇ ਰੁਕੇ, ਇੱਕ ਮਿੰਟ ਇੱਕ ਮਿੰਟ। ਅਰੇ ਕਿੱਥੇ, ਇਹ ਨਹੀਂ ਸਾਲ ਹਟਦਾ ਯਾਰ। ਪਾਪਾ ਦਾ ਫੋਨ ਆਈ ਜਾਂਦਾ, ਮੈਂ ਉਹਨਾਂ ਨਾਲ ਗੱਲ ਕਰਦਾ, ਬਾਅਦ 'ਚ ਗੱਲ ਕਰਦੇ ਹਾਂ, ਠੀਕ ਹੈ? ਓਕੇ ਜੀ। ਹਾਂ ਬੀ ਸੀ, ਓਏ ਐਮ ਸੀ, ਛੱਡਦੇ ਕੁੜੀਆਂ ਦਾ ਖੇੜਾ ਕੀ ਪਿਆ ਇਹਨਾਂ 'ਚ ਯਾਰ। ਆ ਨੀਟੂ ਸ਼ੈਟਰਾਂ ਵਾਲਾ ਦੇਖ ਕਿੰਨੀ ਤਰੱਕੀ ਕਰ ਗਿਆ ਯਾਰ, ਸਿੱਖ ਕੁਛ ਉਹਦੇ ਤੋਂ। ਓਏ ਜਲਦੀ ਦੱਸ ਯਾਰ, ਮੈਂ ਹਰਮਨ ਚੀਮੀ ਉਸਤਾਦ ਜੀ ਦੇ ਸ਼ੋਅ 'ਤੇ ਜਾਣਾ ਯਾਰ। ਓ ਯਾਰ ਫੋਨ ਆਇਆ ਸੀ ਜੱਸੀ ਦਾ, ਹੋਈਏ ਇਕੱਠੇ ਕਿ? ਓ ਯਾਰ ਚੱਲ ਦੇਖਦੇ ਹਾਂ ਯਾਰ। ਓਏ ਤੀਨੀ ਬਾਜਾ, ਕੱਲ੍ਹ ਪੱਕਾ ਹੋਣਾ ਹਿਸਾਬ ਲਾ ਲੈ ਜੇ ਨਾ ਆਇਆ ਤਾਂ। ਕੱਲ੍ਹ ਆ ਜੂੰਗਾ ਫਿਰ। ਹਾਂ ਚੱਲ ਠੀਕ ਹੈ, ਚੰਗਾ ਆ ਜੂੰਗਾ। ਹੈਲੋ। ਹਾਂ ਅਨੂ। ਹਾਂ ਸ਼ੋਨਾ। ਯਾਰ ਕੱਲ ਕਾਫੀ ਕੈਂਸਲ ਯਾਰ। ਕਿਉਂ, ਕੀ ਹੁਆ? ਮੈਂ ਪਾਪੇ ਨਾਲ ਡਿਨਰ ਤੇ ਜਾਣਾ। ਕੀ ਯਾਰ, ਤੂੰ ਵੀ ਨਾ। ਹਾਂ ਚੱਲ ਠੀਕ ਹੈ ਬਾਬੂ, ਬਾਏ। ਕਿਸ਼ਨ ਬਾਏ। Thank you.
पैसे दिते नहीं सी चप्पलां गड़ाउण वास्ते यार सारी दिहाड़ी जाती है। किन्ना टाइम हो गया डिक्की आ यार हम तैयार हो रहे थे यार। हाँ देख लिया सी मैं तैयार होंदे विक्की नहीं आया। ओ यार विक्की तो चल आ जाऊंगा यार आ जाऊं वो आ गया आ तो गया बाबा मेरे साए दया छड़ दे खड़ा कुनिया दा भाई छड़ देना खड़ा कुछ नहीं पिया कुड़िया च ठीक है ना कुछ नहीं यार यार बाबू नहीं सूट आता कट दे हूं इन बाद में बात करता हूं मैंने यार भाई काम सी थोड़े ताई यार यार शॉप ते जाते हैं आप उठ जा गल करते हैं शॉप ते नहीं भाई इत्थे मिल जाते हैं यार शॉप पे जा गल करते हैं कोई नहीं ओए आ जा हूं आप चलो हम तो गाड़ी पे ही आ दिया खाला यार जसी यार सुखदा जाना भी अब दाम ले ले लो लो यार अल कोल्ड ड्रिंक पाए ठीक है यार बस जाने हैं बस खाके नहीं नहीं अच्छा उधर ठीक है की हाल है केडी केडी दी केडी हाँ वीरे होर दा नहीं किसी ने कुछ खाना ना ना यार बस बस ना ना वीरे बस नहीं वीरे यार चिकन लेग पीस अपने नया पिज्जा हट खुल्या चलिए गए चलते हैं मैं भी किसी ने मिल के आना चलते हैं यार दो दो हजार रुपए की गल है सारी हाँ हाँ चलते हैं बड़ी गल मिलते हैं घंटे सारे इतने हाँ हाँ मिलते हैं इतने चल विक्की कि मैं थोड़ा ना गया भाई गल करनी सी कोई जरूरी कोई नहीं करते हैं यार आपां गल तो सुन भाई करते हैं कोई बाबू
ਤੂੰ ਖਾਣਾ ਖਾਇਆ ਕਿਆ ਛੱਡ ਦਿਆ ਕਰ ਇਹਨਾਂ ਦਾ ਖੇੜਾ ਯਾਰ ਤੂੰ ਇਹਨਾਂ ਚ ਹੀ ਵੜਿਆ ਰਹਿਣਾ ਉਹ ਹਲੇ ਨੀ ਆਇਆ ਜੱਸੀ ਨੇ ਕਿੰਨਾ ਟਾਈਮ ਲਾਤਾ ਯਾਰ ਕਿੱਥੇ ਰਹਿ ਗਿਆ ਉਹ ਪਤਾ ਨੀ ਯਾਰ ਆਉਂਦਾ ਯਾਰ ਇੱਥੇ ਹੋਊਗਾ ਕਿੱਥੇ ਜਾਣਾ ਉਹਨੇ ਯਾਰ ਹਜੇ ਨਹੀਂ ਆਇਆ ਚੱਲ ਮੈਂ ਫੋਨ ਕਰਦਾ ਹਾਂ The subscriber is currently switched off. ਫੋਨ ਸੋਚ ਭਾਈ Please try after some time. ਚੱਲ ਦੁਬਾਰੇ ਕਰਦਾ ਹਾਂ The subscriber is currently switched off. Please try after some time. ਓ ਯਾਰ ਤੁਹਾਨੂੰ ਉਹਦਾ ਘਰ ਪਤਾ ਕਿ ਆਪਾਂ ਉਹਦੇ ਘਰ ਚੱਲ ਵੜਦੇ ਆਂ ਨਹੀਂ ਯਾਰ ਘਰੇ ਤਾਂ ਕਦੇ ਲੈ ਕੇ ਨਹੀਂ ਗਿਆ ਉਹ ਆਪਾਂ ਨੂੰ ਸ਼ਾਇਦ ਇੱਕ ਵਾਰ ਮੈਂ ਉਹਨੂੰ ਡਾਕੀ ਦੁਕਾਨ ਕੋਲ ਛੱਡ ਕੇ ਆਇਆ ਸੀ ਆਪਾਂ ਉੱਧਰ ਨੂੰ ਚੱਲਦੇ ਹਾਂ ਉੱਧਰ ਹੋਊਗਾ ਉੱਧਰ ਹੀ ਹੋਊਗਾ ਘਰ ਉਹਦਾ ਚੱਲ ਚੱਲਦੇ ਹਾਂ ਆਪਾਂ ਫਿਰ ਆਜੋ ਦੋ ਮਿੰਟ ਖੜਦੇ ਹਾਂ ਹਾਂਜੀ ਆਈਡਰ ਉਹ ਯਾਰ ਮੈਨੂੰ ਨਾ ਅੱਜ ਸਵੇਰ ਦਾ ਹੀ ਸਾਈਡ ਲੱਗ ਰਿਹਾ ਸੀ ਜੱਸੀ ਹਾਂ ਯਾਰ ਉਹਨੇ ਯਾਰ ਮੇਰੇ ਨਾਲ ਗੱਲ ਕਰਨੀ ਸੀਗੀ ਤੜਕੇ ਅਤੇ ਮੇਰੇ ਕੋਲ ਤੇਰੇ ਭਾਬੀ ਦਾ ਫੋਨ ਆ ਗਿਆ ਸੀ ਤੂੰ ਨਾ ਹਟੇ ਅੱਜ ਕੰਮਾਂ 'ਚੋਂ ਯਾਰ ਉਹਦੇ ਬੰਦੇ ਦੀ ਫੀਲਿੰਗ ਤਾਂ ਸਮਝ ਯਾਰ ਕੋਈ ਹੁਣ ਫਿਰ ਕੀ ਕਰੀਏ ਯਾਰ ਉਹਦੇ ਬਾਪੂ ਦਾ ਨਾਮ ਕੀ ਹੈ ਯਾਰ ਮੈਨੂੰ ਤਾਂ ਨਹੀਂ ਪਤਾ ਯਾਰ ਆਪਾਂ ਕਾਹਦੇ ਫਰੈਂਡ ਆ ਯਾਰ ਆਪਾਂ ਨੂੰ ਉਹਦੇ ਬਾਪੂ ਦਾ ਨਾਮ ਤੱਕ ਨਹੀਂ ਪਤਾ ਚੱਲ ਮਿਲ ਜੂਗਾ ਯਾਰ ਲੱਭਦੇ ਇੱਥੇ ਕਿੱਥੇ ਹੋਊਗਾ ਚਲੋ ਯਾਰ ਚਲੋ ਹਾਂ ਯਾਰ ਆਈ ਘਰ ਹੋਊਗਾ ਜੱਸੀ ਹਾਂ ਕੌਣ ਹੈ ਯਾਰ ਬਾਈ ਜੱਸੀ ਕਿੱਥੇ ਆ ਜੱਸੀ ਦਾ ਘਰ ਹੈ ਨੀਗਾ ਇੱਥੇ ਕੋਈ ਜੱਸੀ ਜੁੱਸੀ ਹੈ ਨੀ ਬਾਈ ਯਾਰ ਬਾਈ ਤੇ ਜੱਸੀ ਦੀ ਯਾਰ ਜੱਸੀ ਦੀ ਹੈਗੀ ਮੈਂ ਉਹ ਤੋਂ ਪੈਸੇ ਲੈਣੇ ਸੀ ਮੈਂ ਚੱਕ ਲਿਆ ਘਰ ਕਿੱਥੇ ਬਾਈ ਉਹਦਾ ਘਰ ਉਹਦਾ ਪੁੱਲ ਦੇ ਪਰਲੇ ਪਾਸੇ ਢਾਣੀ ਚ ਹੈ ਚਲੋ ਕੰਮ ਕਰੋ ਆਪਦਾ ਹੁਣ ਠੀਕ ਹੈ ਬਾਈ ਯਾਰ ਯਾਰ ਦੱਸਿਆ ਤਾਂ ਆਹੀ ਸੀ ਚਲੋ ਦੇਖ ਕੇ ਪੁੱਛਦੇ ਆ ਜਾ ਕੇ ਟਾਣੀ ਤਾਂ ਉਹੀ ਲੱਗਦੀ ਹੈ ਨਾ ਆਹੀ ਹੋ ਗਈ ਚਲੋ ਚਲੋ ਦੇਖਦੇ ਆ ਜਾ ਕੇ ਆਹ ਘਰ ਥੋੜੀ ਹੋ ਗਈ ਜੱਸੀ ਦਾ ਯਾਰ ਯਾਰ ਮੈਂ ਸੋਚਿਆ ਸੀ ਆਪਣੇ ਵਰਗਾ ਹੀ ਹੋਊਗਾ ਯਾਰ ਉਹਦਾ ਹਾਂ ਯਾਰ ਚੱਲ ਯਾਰ ਜੱਸੀ ਦਾ ਬਾਪੂ ਨਹੀਂ ਦਿਸਿਆ ਯਾਰ ਘਰੇ ਬਾਪੂ ਕੰਮ ਤੇ ਗਿਆ ਹੋਊਗਾ ਤਾਂ ਮਾਤਾ ਘਰੇ ਸੀ ਚਲ ਯਾਰ ਦੇਖੀਏ ਕਿੱਥੇ ਆ ਯਾਰ ਹੁਣ ਉਹ ਰੇੜਾ ਮਣਾ ਉਹੀ ਹੋਊਗਾ ਨਾਲ ਮੋਟਰ ਉਹਦੀ ਉਹੀ ਹੈ ਚੱਲ
ਕੀ ਕਰੀਏ ਨਾ ਤੂੰ ਕੀ ਹੋਇਆ ਤੈਨੂੰ ਬਾਈ ਤੂੰ ਮੇਰੇ ਹਾਲਾਤ ਨਹੀਂ ਸੁਣ ਸਕਦੇ ਕੀ ਹੋਇਆ ਤੈਨੂੰ ਬੇਟਾ ਤੂੰ ਇੱਦਾਂ ਸਟੈਪ ਕਿਉਂ ਚੱਕਿਆ ਬਾਈ ਮੇਰੀ ਮਾਂ ਬਿਮਾਰ ਬੈਠੀ ਹੈ ਨਾ ਮੇਰੇ ਕੋਲ ਵੀ ਕੋਈ ਰੋਜ਼ਗਾਰ ਬਾਪੂ ਦਾ ਸਾਇਆ ਵੀ ਹੈ ਨੀ ਗਾ ਮੇਰੇ ਕੋਲ ਇੱਕ ਟੁੱਟਿਆ ਜਿਹਾ ਮੋਟਰਸਾਈਕਲ ਸੀ ਉਹ ਵੀ ਸੇਲ ਹੋ ਗਿਆ ਬਾਈ ਮੈਂ ਸੋਚਿਆ ਸੀਗਾ ਪਲੱਸ ਟੂ ਕਰੂੰਗਾ ਉਸ ਤੋਂ ਬਾਅਦ ਮੇਰੀ ਜੋਬ ਲੱਗ ਜੂਗੀ ਬਾਈ ਮੈਂ ਜੋਬ ਲੈਣ ਗਿਆ ਸੀ ਮੈਨੂੰ ਧੱਕੇ ਮਾਰ ਕੇ ਬਾਹਰ ਕੱਢਤਾ सर आपने जॉब के लिए ऐड दी थी तो सर मेरे को जॉब की बहुत ज्यादा जरूरत है क्या है किस बात की जॉब दे रहे सर मेरे को जॉब की बहुत ज्यादा जरूरत है सर मेरी माँ बीमार है प्लीज सर सर प्लीज प्लीज सर प्लीज प्लीज मेरे डॉक्यूमेंट्स तो चेक करो सर प्लीज प्लीज सर प्लीज प्लीज जॉब चाहिए सर ਤੁਸੀਂ ਮੇਰੀ ਹੈਲਪ ਕਰਨੀ ਸੀ ਬਾਈ ਤੁਸੀਂ ਨਹੀਂ ਕਰੀ ਸੱਚ ਕਿਹਾ ਸਿਆਣਿਆਂ ਨੇ ਜੋ ਦਿਸਦਾ ਉਹ ਹੁੰਦਾ ਨਹੀਂ ਇਹ ਸਭ ਬੇਰੁਜ਼ਗਾਰੀ ਦੇ ਹੱਲੇ ਨੇ ਉੱਤੋਂ ਗਰੀਬੀ ਦੇ ਫੰਦੇ ਨੇ ਮਾਵਾਂ ਨੇ ਪੁੱਤ ਵੱਡੇ ਕੀਤੇ ਉਹ ਤੂਤਾਂ ਨਾਲ ਬੰਨੇ ਨੇ ਮਾੜਾ ਟਾਈਮ ਵੀ ਲੰਘ ਜਾਣਾ ਸਬਰ ਕਰ ਦਿਨ ਆਉਣੇ ਚੰਗੇ ਨੇ ਦਿਨ ਆਉਣੇ ਚੰਗੇ ਨੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਸਾਡੀ ਮੂਵੀ ਦੇਖੀ ਜੇ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਤੁਹਾਨੂੰ ਚੰਗੀ ਨਹੀਂ ਲੱਗੀ ਤਾਂ ਡਿਸਲਾਈਕ ਕਰਕੇ ਕਮੈਂਟ 'ਚ ਜ਼ਰੂਰ ਦੱਸਿਓ ਕਿਉਂਕਿ ਅਗਲੀ ਵਾਰ ਅਸੀਂ ਇਸ ਤੋਂ ਵਧੀਆ ਕਰਾਂਗੇ ਪਲੀਜ਼ ਕੀਪ ਸਪੋਰਟਿੰਗ ਆ ਸਾਡੀ ਘੱਟ ਬਜਟ ਵਾਲੀ ਮੂਵੀ ਜੇ ਪਸੰਦ ਆਈ ਤਾਂ ਜ਼ਰੂਰ ਲਾਈਕ ਕਰਕੇ ਜਾਓ ਅਗਲੀ ਕਿਹੜੇ ਹੋਰ ਵਧੀਆ ਕਰੋਗੇ ਥੈਂਕ ਯੂ ਸੋ ਮਚ ਲਵ ਯੂ ਆਲ ਥੈਂਕ ਯੂ ਆਲ